सत श्री अकाल दोस्तों, मैं हरमन स्वागत करता हाँ तुहाडा सारिआं दा अमीत अकैडमी दे ऑफिशियल यूट्यूब चैनल ते। अज तुहाडे लई बहुत ही महत्वपूर्ण तीन अपडेट लैके आया जो कि PSSSB वल्लों जारी कर दिते गए ने। सब तो पहले तुसीं जल्दी नाल देख लैणे आ जी, इहदे विच काफ़ी वधिया वधिया चीज़ां जिहड़ियां उन्होंने अपडेट भी दसियां होईआं ने, मैं तुहानूं जरूर अपडेट करांगा वन बाय वन। आपां तिन्ने अपडेट जिहड़े ने गो थ्रू करांगे कि उन्हां विच दस्सिया गया। सो तुसीं अगर फस्ट टाइम साडे चैनल ते आ रहे हो, चैनल नूं जरूर सबसक्राइब कर लेना और नाल दी नाल बैल आइकन भी दबा देना। इहदे नाल हर एक रिक्रूटमेंट नोटिफिकेशन तुहानूं तुहाडे मोबाइल दे विच मिलदा रहे ਹੈਗਾ ਤੇ ਤੁਸੀਂ ਸਮਾਂ ਰਹਿੰਦੇ ਇਹਦੇ ਲਈ ਅਪਲਾਈ ਵੀ ਕਰ ਪਾਓਗੇ। ਇਸ ਤੋਂ ਇਲਾਵਾ ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਵਿੱਚ ਆਊਟ ਹੁੰਦੀਆਂ ਨੇ, ਜਿਨ੍ਹਾਂ ਦਾ ਅਪਡੇਟ ਮੈਂ ਤੁਹਾਨੂੰ ਜਿਹੜਾ ਜੀ ਵੀਡੀਓ ਦੇ ਰੂਪ ਵਿੱਚ ਨਹੀਂ ਦੇ ਪਾਉਂਦਾ, ਤਾਂ ਉਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ, ਸਾਡੀ ਵੈਬਸਾਈਟ www.kluri.com ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਉਹਦੇ ਨਾਲ ਸਾਰੇ ਜੌਬ ਰਿਲੇਟਡ ਅਪਡੇਟਸ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਈਮੇਲ ਬਾਕਸ ਦੇ ਵਿੱਚ, ਤੇ ਜਿੰਨੀਆਂ ਛੋਟੇ ਤੋਂ ਛੋਟੇ ਅਪਡੇਟ ਹੁੰਦੇ ਨੇ ਜਿੱਦਾਂ ਕਿ ਰਿਜ਼ਲਟ ਹੋ ਗਿਆ ਜਾਂ ਆਨਸਰ ਕੀਜ਼ ਹੋ ਗਿਆ ਜਾਂ ਫਿਰ ਕੋਈ ਐਗਜ਼ਾਮ ਦਾ ਅਪਡੇਟ ਆ, ਉਹਦੇ ਵਿੱਚ ਅਸੀਂ ਅਪਡੇਟ ਕਰਦੇ ਹੀ ਰਹਿੰਦੇ ਹਾਂ, ਤੁਸੀਂ ਚੈੱਕ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਅਫੀਸ਼ੀਅਲ ਲਿੰਕ ਵੀ ਜਿਹੜਾ ਜੀ ਪ੍ਰੋਵਾਈਡ ਕੀਤਾ ਜਾਂਦਾ ਹੈ, ਤੁਸੀਂ ਜਾ ਕੇ ਚੈੱਕ ਕਰਕੇ ਉਹਨਾਂ ਲਈ ਵੀ ਅਪਲਾਈ ਕਰ ਸਕਦੇ ਹੋ। ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ, ਉੱਥੇ ਜਾ ਕੇ ਦੱਸਦਾ ਵਨ ਬਾਏ ਵਨ ਕਿਹੜੀ ਕਿਹੜੀ ਵੈਕੈਂਸੀਜ਼ ਜਿਹੜੇ ਬਾਰੇ ਵਿੱਚ ਜਿਹੜਾ ਅਪਡੇਟ ਹੈ ਉਹ ਆਇਆ ਹੋਇਆ ਜੀ। ਇਹ ਆ ਚੁੱਕੇ ਆ ਜੀ ਅਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ, ਇਸ ਦੇ ਵਿੱਚ ਉਹਨਾਂ ਨੇ ਜਿਹੜੇ ਨੇ ਡਾਊਨਲੋਡ ਕਰਨ ਲਈ ਤੁਹਾਨੂੰ ਦੱਸਿਆ ਲਿੰਕ ਦੇ ਦਿੱਤਾ, ਜਿਹੜਾ ਕਿ ਐਡਮਿਟ ਕਾਰਡ ਨੇ ਜੋ ਕਿ ਰਿਟਨ ਐਗਜ਼ਾਮੀਨੇਸ਼ਨ ਹੋਣਾ ਹੈ ਜੋ ਕਿ 3/10/2021 ਨੂੰ, ਜਿਹੜਾ ਕਿ ਬਲਾਕ ਲੈਵਲ ਐਕਸਟੈਂਸ਼ਨ ਆਫਿਸਰ ਦੀਆਂ, ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ ਦੀਆਂ, ਐਕਸਾਈਜ਼ ਐਂਡ ਟੈਕਸੇਸ਼ਨ ਐਕਸਪੈਕਟਰ ਦੀਆਂ, ਜੋ ਕਿ ਐਡਵਰਟਾਈਜ਼ਮੈਂਟ ਨੰਬਰ 09/2021 ਹੈ। ਤੁਸੀਂ ਇਸ 'ਤੇ ਕਲਿੱਕ ਕਰਦੇ ਹੋ, ਸਿੰਪਲੀ ਇਹ ਇੰਟਰਫੇਸ ਦੇ ਉੱਪਰ ਤੁਸੀਂ ਜਿਹੜਾ ਹੈ ਜੀ ਉਹ ਆ ਜਾਓਗੇ। ਇਹ ਤੁਸੀਂ ਦੇਖ ਪਾ ਰਹੇ ਹੋ, ਇਸ ਦੇ ਉੱਪਰ ਤੁਸੀਂ ਜਿਹੜਾ ਹੈ ਲੌਗਇਨ ਕਰਕੇ ਆਪਣਾ ਡਾਊਨਲੋਡ ਕਰ ਸਕਦੇ ਹੋ। ਇਸ ਦੇ ਵਿੱਚ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ, ਤੁਸੀਂ ਇੱਥੋਂ ਚੈੱਕ ਕਰਕੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਜੀ। ਚਲੋ ਹੁਣ ਅਸੀਂ ਚੱਲਦੇ ਹਾਂ ਵਾਪਸ ਵੈਬਸਾਈਟ ਦੇ ਉੱਪਰ। ਇਸ ਦੇ ਵਿੱਚ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ, ਇਸ ਦੇ ਵਿੱਚ ਸੈਕਿੰਡ ਜਿਹੜਾ ਨੋਟੀਫਿਕੇਸ਼ਨ ਹੈ, ਅਗਰ ਤੁਸੀਂ ਦੇਖ ਪਾ ਰਹੇ ਹੋ, ਜਿਨ੍ਹਾਂ ਨੇ ਵੀ ਜਿਹੜਾ ਜੀ ਵਾਰਡਨ ਦੀਆਂ ਅਤੇ ਮੈਟਰਨ ਦੀਆਂ ਵੈਕੈਂਸੀ ਲਈ ਭਰਿਆ ਸੀਗਾ, ਉਹਦੀ ਫਾਈਨਲ ਆਨਸਰ ਕੀ ਜਿਹੜੀ ਹੈ ਜੀ ਉਹ ਆ ਚੁੱਕੀ ਹੈ। ਤੁਸੀਂ ਇੱਥੋਂ ਡਾਊਨਲੋਡ ਕਰਕੇ ਸਿੰਪਲ ਇੱਥੇ ਕਲਿੱਕ ਕਰੋਗੇ ਤਾਂ ਡਾਊਨਲੋਡ ਕਰਨ ਦੀ ਆਪਸ਼ਨ ਤੁਹਾਨੂੰ ਮਿਲ ਜਾਏਗੀ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਰਿਜ਼ਲਟ ਹੈ ਉਹ ਵੀ ਡਿਕਲੇਅਰ ਜਿਹੜਾ ਜੀ ਕਰ ਦਿੱਤਾ ਹੈ। ਤੁਸੀਂ ਇਹ ਵੀ ਦੇਖ ਪਾ ਰਹੇ ਹੋ ਜੀ ਵਿਊ ਯੋਰ ਮਾਰਕਸ, ਜਿਹੜਾ ਕਿ ਨੋਰਮਲਾਈਜੇਸ਼ਨ ਤੋਂ ਬਾਅਦ ਵੈਕੈਂਸੀਜ਼ ਜਿਹੜੇ ਕਿ ਵਾਰਡਨ ਅਤੇ ਮੈਟਰਨ ਦੀਆਂ ਸੀਗੀਆਂ, ਜੇਲ੍ਹ ਮੈਟਰਨ ਦੀਆਂ। ਸੋ ਇਹਦੇ ਲਈ ਤੁਸੀਂ ਕਲਿੱਕ ਕਰਕੇ ਸਿੰਪਲੀ ਇੱਥੋਂ ਜਿਹੜਾ ਜੀ ਡਾਊਨਲੋਡ ਕਰ ਸਕਦੇ ਹੋ। ਸ਼ੀਟ ਡਾਊਨਲੋਡ ਹੋ ਜਾਏਗੀ, ਉਹਦੇ ਵਿੱਚ ਤੁਸੀਂ ਆਪਣਾ ਨਾਮ, ਆਪਣਾ ਰੋਲ ਨੰਬਰ ਜਾਂ ਡੇਟ ਆਫ ਬਰਥ ਜਾਂ ਫਿਰ ਕੋਈ ਵੀ ਆਪਣਾ ਨਾਮ ਸਿੰਪਲੀ ਭਰੋਗੇ ਤਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸੋ ਇਸਦੇ ਵਿੱਚ ਸਿੰਪਲੀ ਇਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਜਾਂ ਫਿਰ ਤੁਸੀਂ PSSSB.punjab.gov.in 'ਤੇ ਡਾਇਰੈਕਟ ਵੀ ਜਾ ਕੇ ਚੈੱਕ ਕਰ ਸਕਦੇ ਹੋ ਜੀ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਔਰ ਮੈਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੇ ਨਵੇਂ ਨਵੇਂ ਅਪਡੇਟ ਲੈ ਕੇ ਆਉਂਦਾ ਹੀ ਰਹਾਂਗਾ। ਤੁਸੀਂ ਅਗਰ ਕਿਸੇ ਵੀ ਗਵਰਨਮੈਂਟ ਜੋਬ ਦੀ ਵੀ ਤਿਆਰੀ ਕਰ ਰਹੇ ਹੋ, ਉਹਦੇ ਲਈ ਵੀ ਬੈਸਟ ਸਟੱਡੀ ਮਟੀਰੀਅਲ ਇਸ ਦੀ ਵੀਡੀਓ ਦੇ ਵਿੱਚ ਲਿੰਕ ਦੇ ਵਿੱਚ ਤੁਹਾਨੂੰ ਦੇ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ, ਤੋਂ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਕੱਲ੍ਹ ਪੇਪਰ ਦੇਣ ਜਾਣਾ ਹੈ ਜੀ, ਉਹਨਾਂ ਲਈ ਵੀ ਬੈਸਟ ਆਫ ਲੱਕ ਹੈ, ਜਿਨ੍ਹਾਂ ਨੇ ਵੀ ਜਿਹੜੇ ਪੁਲਿਸ ਦੇ ਪੰਜਾਬ ਪੁਲਿਸ ਦੇ ਪੇਪਰ ਭਰੇ ਹੋਏ ਸੀਗੇ। ਸੋ ਉਹਦੇ ਵਿੱਚ ਡੂ ਐਂਡ ਡੋਂਟਸ ਜਿਹੜੇ ਤੁਸੀਂ ਧਿਆਨ ਰੱਖਣਾ ਹੈ, ਜਿੱਦਾਂ ਕਿ ਕਈ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਪੈਨ ਵਗੈਰਾ ਲੈ ਕੇ ਨਹੀਂ ਜਾਣਾ, ਤੁਸੀਂ ਕਿਸੇ ਤਰ੍ਹਾਂ ਇਲੈਕਟ੍ਰੋਨਿਕ ਸਮਾਨ ਜਿਹੜਾ ਤੁਸੀਂ ਨਹੀਂ ਲੈ ਕੇ ਜਾਣਾ, ਆਪਣਾ ਐਡਮਿਟ ਕਾਰਡ ਨਾਲ ਲੈ ਕੇ ਜਾਣਾ ਹੈ, ਕੋਈ ਆਈ ਡੀ ਪਰੂਫ ਜਿਹੜਾ ਹੈ ਜੀ ਉਹ ਵੀ ਨਾਲ ਤੁਸੀਂ ਓਰੀਜਨਲ ਜ਼ਰੂਰ ਕੈਰੀ ਕਰ ਲੈਣਾ, ਕਿਉਂਕਿ ਤੁਹਾਨੂੰ ਐਂਟਰੈਂਸ ਤਾਂ ਹੀ ਮਿਲੇਗੀ। ਸੋ ਡੂ ਐਂਡ ਡੋਂਟਸ ਦੇ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਾਂਗਾ, ਜੋ ਮੈਂ ਪ੍ਰੀਵੀਅਸ ਵੀਡੀਓ 'ਚ ਵੀ ਡਿਸਕਸ ਕਰ ਚੁੱਕਾ ਤੁਹਾਡੇ ਨਾਲ। ਸੋ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ, ਔਰ ਕੋਈ ਹੈਲਪ ਤੁਹਾਨੂੰ ਚਾਹੀਦੀ ਹੋਵੇ ਤਾਂ ਵੀ ਤੁਸੀਂ ਦੱਸ ਸਕਦੇ ਹੋ। ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੀਆਂ ਜੋਬ ਰਿਲੇਟਡ ਅਪਡੇਟਸ ਲੈ ਕੇ ਆਉਂਦਾ ਹੀ ਰਹਾਂਗਾ। ਇਹ ਸੀਗਾ ਜੀ ਅੱਜ ਦਾ ਜੋਬ ਅਪਡੇਟ, ਮਿਲਾਂਗਾ ਤੁਹਾਨੂੰ ਨਵੇਂ ਜੋਬ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।